ਬਠਿੰਡਾ 'ਚ ਆਪਰੇਸ਼ਨ ਕਾਸੋ ਦੇ ਤਹਿਤ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਬਠਿੰਡਾ ਦੇ ਰੇਲਵੇ ਸਟੇਸ਼ਨ ਦੀ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਕਿਸ ਤਰ੍ਹਾਂ ਚੈਕਿੰਗ ਹੈ ਜਿਹੜੀ ਉਹ ਹਰ ਆਉਣ ਜਾਣ ਵਾਲੇ ਯਾਤਰੀ ਦੀ ਕੀਤੀ ਜਾ ਰਹੀ ਹੈ ਔਰ ਖੁਦ ਕਮਾਂਡ ਨੇ ਉਹ DSP ਰੈਂਕ ਦੇ ਅਫਸਰ ਕਰ ਰਹੇ ਨੇ ਔਰ ਨਾਲ ਲੋਕਲ SHO ਨੇ ਕਾਫੀ ਵੱਡੀ ਟੀਮ ਹੈ ਪੁਲਿਸ ਦੀ ਜਿਹੜੀ ਆ ਕੇ ਇੱਥੇ GRP ਦੇ ਨਾਲ ਚੈਕਿੰਗ ਕਰ ਰਹੀ ਹੈ ਬੈਗਾਂ ਨੂੰ ਬੜੀ ਬਰੀਕੀ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ ਖੰਗਾਲਿਆ ਜਾ ਰਿਹਾ ਔਰ ਟ੍ਰੇਨ ਦੀ ਚੈਕਿੰਗ ਤਾਂ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਨਸਕਾਮੀ ਘਟਨਾ ਨਾ ਹੋਵੇ ਲਾਅ ਐਂਡ ਆਰਡਰ ਨੂੰ ਲੈ ਕੇ ਪੁਲਿਸ ਹੈ ਜਿਹੜੀ ਉਹ ਅਲਰਟ 'ਤੇ ਨਜ਼ਰ ਆ ਰਹੀ ਹੈ ਔਰ ਚੈਕਿੰਗ ਹੈ ਜਿਹੜੀ ਆਪਰੇਸ਼ਨ ਕਾਸੋ ਦੇ ਤਹਿਤ ਜਗ੍ਹਾ ਜਗ੍ਹਾ 'ਤੇ ਕੀਤੀ ਜਾ ਰਹੀ ਹੈ ਔਰ ਹੋਰ ਕਿਸ ਤਰ੍ਹਾਂ ਦੀ ਜਾਣਕਾਰੀ ਮੇਰੇ ਨਾਲ ਖੁਦ DSP ਨੇ ਡਿਪਟ ਸਾਹਿਬ ਕਿਸ ਤਰ੍ਹਾਂ ਦੀ ਚੈਕਿੰਗ ਹੈ ਜਿਹੜੀ ਅੱਜ ਕਰ ਰਹੇ ਤੁਸੀਂ ਰੇਲਵੇ ਸਟੇਸ਼ਨ ਔਰ ਭੀੜ ਭਾੜ ਵਾਲੀਆਂ ਜਗ੍ਹਾਵਾਂ 'ਤੇ ਦੇਖੋ ਜੀ ਕੋਈ ਵੀ ਅਨਟੋਵਰਡ ਇੰਸੀਡੈਂਟ ਨਾ ਹੋਵੇ ਕਿਸੇ ਵੀ ਜਗ੍ਹਾ ਦੇ ਉੱਤੇ ਅੱਜ ਬਠਿੰਡਾ ਪੁਲਿਸ ਨੇ ਮਾਨਯੋਗ SSP ਸਾਹਿਬ ਦੀ ਹਦਾਇਤ 'ਤੇ ਹਰ ਇੱਕ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਸੋ ਮਕਸਦ ਇਹੋ ਹੀ ਹੈ ਕਿ ਕਿਸੇ ਕਿਸਮ ਦਾ ਵੀ ਕੋਈ ਮਾੜਾ ਇੰਸੀਡੈਂਟ ਨਾ ਹੋਵੇ ਅਤੇ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਜਿਹੜੀ ਉਹ ਕਾਇਮ ਰਹੇ ਕਿ ਪੁਲਿਸ ਮੁਕਾਮੀ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਅਤੇ ਇਹਦੇ ਨਾਲ ਨਾਲ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਪੁਲਿਸ 100% ਆਪਣੀ ਕਾਬਲੀਅਤ ਦੇ ਨਾਲ ਲੋਕਾਂ ਦੀ ਸੇਵਾ ਵਾਸਤੇ ਹਾਜ਼ਰ ਹੈ ਅਤੇ ਅਸੀਂ ਕਰਦੇ ਕੰਮ ਕਰਦੇ ਅਤੇ ਕਰਦੇ ਰਹਾਂਗੇ RPF ਔਰ GRP ਦੀ ਸਪੋਰਟ ਲੈ ਰਹੇ ਹੋ ਨਾਲ ਤਾਂ ਉਹਨਾਂ ਦੇ ਕਰਮਚਾਰੀ ਨਜ਼ਰ ਆ ਰਹੇ ਨੇ ਕਿੰਨੇ ਕਰਮਚਾਰੀ ਟੋਟਲ ਨੇ ਤੁਹਾਡੇ ਕੋਲ ਟੀਮ 'ਚ RPF ਔਰ GRP ਨੂੰ ਮਿਲਾ ਕੇ ਕੁੱਲ 60 ਕਰਮਚਾਰੀ ਨੇ ਇਹਦੇ ਨਾਲ ਡੌਗ ਸਕੁਐਡ ਵੀ ਨਾਲ ਲਿੱਤਾ ਆਪਾਂ ਸਨਿਫਰ ਡੌਗ ਜਿਹੜਾ ਕਿ ਨਹੀਂ ਉਹ ਵੀ ਨਾਲ ਲਿਆ ਤਾਂ ਕਿ ਕੋਈ ਨਾਰਕੋਟਿਕ ਦੇ ਸੰਬੰਧ ਵਿੱਚ ਜਾਂ ਅਸਲਾ ਮਨੁਸ਼ਨ ਦੇ ਸੰਬੰਧ ਵਿੱਚ ਜੇ ਕੋਈ ਸਾਨੂੰ ਕਲਿਊ ਮਿਲਦਾ ਤਾਂ ਅਸੀਂ ਉਹਦੇ ਮੁਤਾਬਕ ਕਾਰਵਾਈ ਕਰ ਸਕਦੇ ਇੱਕ ਸਰ ਮਾਨਦਲ ਵਾਲਿਆਂ ਨੇ ਵੀ ਕਿਹਾ ਸੀ ਕਿ ਅਸੀਂ ਟ੍ਰੇਨਾਂ ਰੋਕਾਂਗੇ 12 ਵਜੇ ਤੋਂ ਲੈ ਕੇ 4 ਵਜੇ ਟਾਈਮ ਦੀ ਕਾਲ ਦਿੱਤੀ ਗਈ ਹੈ ਉਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖ ਕੇ ਇੱਕ ਸਿਕਿਉਰਿਟੀ ਪਰਪਸ ਵਧਾਇਆ ਗਿਆ ਇਸ ਤਰ੍ਹਾਂ ਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਨਾਲ ਡਿਊਟੀ ਕਰ ਰਹੇ ਹਾਂ ਅਗਰ ਕੋਈ ਇਸ ਤਰ੍ਹਾਂ ਆਉਂਦਾ ਤਾਂ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈ ਦਿੱਤਾ ਜਾਏਗਾ ਅਤੇ ਉਹਦੇ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ ਬਿਲਕੁਲ DSP ਪ੍ਰਵੇਸ਼ ਚੋਪੜਾ ਨੇ ਚੈਕਿੰਗ ਕਰ ਰਹੇ ਨੇ ਕਮਾਂਡ ਕਰ ਰਹੇ ਨੇ ਪੂਰੀ ਟੀਮ ਦੀ ਮਕਸਦ ਸਾਫ਼ ਹੈ ਕਿ ਕੋਈ ਗਲਤ ਐਲੀਮੈਂਟ ਹੈ ਕੋਈ ਇਸ ਤਰ੍ਹਾਂ ਦੀ ਅਨਸਕਾਮੀ ਘਟਨਾ ਨਾ ਹੋਵੇ ਚੈਕਿੰਗ ਹੈ ਜਿਹੜੀ ਉਹ ਭੀੜ ਭਾੜ ਵਾਲੀਆਂ ਜਗ੍ਹਾਵਾਂ 'ਤੇ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਦੇ ਉੱਪਰ ਖੁਦ GRP RPF ਅਤੇ ਹੋਰ ਜਿਹੜੇ ਪੁਲਿਸ ਦੇ ਕਰਮਚਾਰੀ ਨੇ ਪਹੁੰਚੇ ਨੇ ਔਰ ਚੈਕਿੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਬਠਿੰਡਾ ਤੋਂ ਸੂਰਜ ਪਾਨ News 18 ਪੰਜਾਬ ਬਠਿੰਡਾ 'ਚ ਆਪਰੇਸ਼ਨ ਕਾਸੋ ਦੇ ਤਹਿਤ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਬਠਿੰਡਾ ਦੇ ਰੇਲਵੇ ਸਟੇਸ਼ਨ ਦੀ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਕਿਸ ਤਰ੍ਹਾਂ ਚੈਕਿੰਗ ਹੈ ਜਿਹੜੀ ਉਹ ਹਰ ਆਉਣ ਜਾਣ ਵਾਲੇ ਯਾਤਰੀ ਦੀ ਕੀਤੀ ਜਾ ਰਹੀ ਹੈ ਔਰ ਖੁਦ ਕਮਾਂਡ ਨੇ ਉਹ DSP ਰੈਂਕ ਦੇ ਅਫਸਰ ਕਰ ਰਹੇ ਨੇ ਔਰ ਨਾਲ ਲੋਕਲ SHO ਨੇ ਕਾਫੀ ਵੱਡੀ ਟੀਮ ਹੈ ਪੁਲਿਸ ਦੀ ਜਿਹੜੀ ਆ ਕੇ ਇੱਥੇ GRP ਦੇ ਨਾਲ ਚੈਕਿੰਗ ਕਰ ਰਹੀ ਹੈ ਬੈਗਾਂ ਨੂੰ ਬੜੀ ਬਰੀਕੀ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ ਖੰਗਾਲਿਆ ਜਾ ਰਿਹਾ ਔਰ ਟ੍ਰੇਨ ਦੀ ਚੈਕਿੰਗ ਤਾਂ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਨਸਕਾਮੀ ਘਟਨਾ ਨਾ ਹੋਵੇ ਲਾਅ ਐਂਡ ਆਰਡਰ ਨੂੰ ਲੈ ਕੇ ਪੁਲਿਸ ਹੈ ਜਿਹੜੀ ਉਹ ਅਲਰਟ 'ਤੇ ਨਜ਼ਰ ਆ ਰਹੀ ਹੈ ਔਰ ਚੈਕਿੰਗ ਹੈ ਜਿਹੜੀ ਆਪਰੇਸ਼ਨ ਕਾਸੋ ਦੇ ਤਹਿਤ ਜਗ੍ਹਾ ਜਗ੍ਹਾ 'ਤੇ ਕੀਤੀ ਜਾ ਰਹੀ ਹੈ ਔਰ ਹੋਰ ਕਿਸ ਤਰ੍ਹਾਂ ਦੀ ਜਾਣਕਾਰੀ ਮੇਰੇ ਨਾਲ ਖੁਦ DSP ਨੇ ਡਿਪਟ ਸਾਹਿਬ ਕਿਸ ਤਰ੍ਹਾਂ ਦੀ ਚੈਕਿੰਗ ਹੈ ਜਿਹੜੀ ਅੱਜ ਕਰ ਰਹੇ ਤੁਸੀਂ ਰੇਲਵੇ ਸਟੇਸ਼ਨ ਔਰ ਭੀੜ ਭਾੜ ਵਾਲੀਆਂ ਜਗ੍ਹਾਵਾਂ 'ਤੇ ਦੇਖੋ ਜੀ ਕੋਈ ਵੀ ਅਨਟੋਵਰਡ ਇੰਸੀਡੈਂਟ ਨਾ ਹੋਵੇ ਕਿਸੇ ਵੀ ਜਗ੍ਹਾ ਦੇ ਉੱਤੇ ਅੱਜ ਬਠਿੰਡਾ ਪੁਲਿਸ ਨੇ ਮਾਨਯੋਗ SSP ਸਾਹਿਬ ਦੀ ਹਦਾਇਤ 'ਤੇ ਹਰ ਇੱਕ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਸੋ ਮਕਸਦ ਇਹੋ ਹੀ ਹੈ ਕਿ ਕਿਸੇ ਕਿਸਮ ਦਾ ਵੀ ਕੋਈ ਮਾੜਾ ਇੰਸੀਡੈਂਟ ਨਾ ਹੋਵੇ ਅਤੇ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਜਿਹੜੀ ਉਹ ਕਾਇਮ ਰਹੇ ਕਿ ਪੁਲਿਸ ਮੁਕਾਮੀ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਅਤੇ ਇਹਦੇ ਨਾਲ ਨਾਲ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਪੁਲਿਸ 100% ਆਪਣੀ ਕਾਬਲੀਅਤ ਦੇ ਨਾਲ ਲੋਕਾਂ ਦੀ ਸੇਵਾ ਵਾਸਤੇ ਹਾਜ਼ਰ ਹੈ ਅਤੇ ਅਸੀਂ ਕਰਦੇ ਕੰਮ ਕਰਦੇ ਅਤੇ ਕਰਦੇ ਰਹਾਂਗੇ RPF ਔਰ GRP ਦੀ ਸਪੋਰਟ ਲੈ ਰਹੇ ਹੋ ਨਾਲ ਤਾਂ ਉਹਨਾਂ ਦੇ ਕਰਮਚਾਰੀ ਨਜ਼ਰ ਆ ਰਹੇ ਨੇ ਕਿੰਨੇ ਕਰਮਚਾਰੀ ਟੋਟਲ ਨੇ ਤੁਹਾਡੇ ਕੋਲ ਟੀਮ 'ਚ RPF ਔਰ GRP ਨੂੰ ਮਿਲਾ ਕੇ ਕੁੱਲ 60 ਕਰਮਚਾਰੀ ਨੇ ਇਹਦੇ ਨਾਲ ਡੌਗ ਸਕੁਐਡ ਵੀ ਨਾਲ ਲਿੱਤਾ ਆਪਾਂ ਸਨਿਫਰ ਡੌਗ ਜਿਹੜਾ ਕਿ ਨਹੀਂ ਉਹ ਵੀ ਨਾਲ ਲਿਆ ਤਾਂ ਕਿ ਕੋਈ ਨਾਰਕੋਟਿਕ ਦੇ ਸੰਬੰਧ ਵਿੱਚ ਜਾਂ ਅਸਲਾ ਮਨੁਸ਼ਨ ਦੇ ਸੰਬੰਧ ਵਿੱਚ ਜੇ ਕੋਈ
ਸਾਨੂੰ ਕਲਿਊ ਮਿਲਦਾ ਤੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰ ਸਕਦੇ। ਸਰ ਮਾਨਦਲ ਵਾਲਿਆਂ ਨੇ ਵੀ ਕਿਹਾ ਸੀ ਕਿ ਅਸੀਂ ਟ੍ਰੇਨਾਂ ਰੋਕਾਂਗੇ, 12 ਵਜੇ ਤੋਂ ਲੈ ਕੇ 4 ਵਜੇ ਟਾਈਮ ਦੀ ਕਾਲ ਦਿੱਤੀ ਗਈ ਹੈ, ਉਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖ ਕੇ ਇੱਕ ਸਿਕਿਉਰਿਟੀ ਪਰਪਸ ਵਧਾਇਆ ਗਿਆ ਇਸ ਤਰ੍ਹਾਂ ਦਾ? ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਨਾਲ ਡਿਊਟੀ ਕਰ ਰਹੇ ਹਾਂ। ਅਗਰ ਕੋਈ ਇਸ ਤਰ੍ਹਾਂ ਆਉਂਦਾ ਹੈ ਤਾਂ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣ ਦਿੱਤਾ ਜਾਏਗਾ ਅਤੇ ਉਹਦੇ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਬਿਲਕੁਲ, DSP ਪ੍ਰਵੇਸ਼ ਚੋਪੜਾ ਨੇ ਚੈਕਿੰਗ ਕਰ ਰਹੇ ਨੇ, ਕਮਾਂਡ ਕਰ ਰਹੇ ਨੇ ਪੂਰੀ ਟੀਮ ਦੀ। ਮਕਸਦ ਸਾਫ਼ ਹੈ ਕਿ ਕੋਈ ਗਲਤ ਐਲੀਮੈਂਟ ਹੈ, ਕੋਈ ਇਸ ਤਰ੍ਹਾਂ ਦੀ ਅਨਸਕਾਮੀ ਘਟਨਾ ਨਾ ਹੋਵੇ। ਚੈਕਿੰਗ ਹੈ ਜਿਹੜੀ ਉਹ ਭੀੜ ਭਾੜ ਵਾਲੀਆਂ ਜਗ੍ਹਾਵਾਂ 'ਤੇ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ਦੇ ਉੱਪਰ ਖੁਦ GRP RPF ਅਤੇ ਹੋਰ ਜਿਹੜੇ ਪੁਲਿਸ ਦੇ ਕਰਮਚਾਰੀ ਨੇ ਪਹੁੰਚੇ ਨੇ ਔਰ ਚੈਕਿੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।